मैं हम गला थोड़ गया तो अगर साफ कर रहे हैं तो उसे गला ही साफ करना है। अभी सानिया को बहुत ही मकाने जिन्होंने बेड़ा झट किया जिन्हें काली गंदा सत्यानाश कर देता ओदा पता आना जोड़ा सारा नतीजी का घूमे इन्हें काली गंदे विचों कटो। एवन पंजाबी निडर निरपक्ष ते नवी सोच मैं तुहाडा दो सोम सहोता तो लैके हाजिर है करंट इशू करंट इशू लई चलदे आ कादिया। दोस्तों मैं दसना चाहुंदा कि सब तो पहला मालवे दे विच जथेदार ढींडसा साहब ने अकाली दल दे खिलाफ बगावत कीती सी और हौली हौली इस दा असर माझे विच हुंदा रहा और माझे तो हुंदा हुंदा दुआबे विच भी होया क्योंकि सरूप सिंह ढेसी साहब भी हुण मीडिया दे विच आ के सुखबीर बादल मतलब बादलां दे खिलाफ सारे भड़ास कढ़ रहे ने। जे आपां गल करिए माझे दी ते माझे विच जथेदार सेवा सिंह सेखवा नूं तुरंत बरखास्त कर दिता गया हालांकि उन्होंने अस्तीफा दिता उसका मंजूर भी अस्तीफा कर लिया गया लेकिन इत्थे बस नहीं है ब्रह्मपुरा जी ने भी एक शक्ति प्रदर्शन किया जिस दे विच मतलब उन्हां दी सोच तो वध जिहड़ी सी लोकां दा हजूम सी। लेकिन इस पूरे मुद्दे ते गलबात करन वास्ते मेरे नाल जथेदार बख्शी सिंह कादियां जुड़े ने जो कि धर्मी फौजी संस्था दे जनरल सकत्तर दे तौर ते अपनियां सेवावां दे रहे ने। उन्हां नूं पुछदे आ कि माझे विच इस समय जो हो रहा है वो उसका असर कि 2019 दीआं चोणां विच हो सकता है जां नहीं और माझे दे विच तां मतलब श्रोमणी अकाली दल दा जिहड़ा पिल्लर ने जिहड़े पिल्लर ने वो गिर रहे ने। धर्मी फौजी बोलदा आ कि माझे दे जिन्ने पिल्लर ने इह गिर डिग रहे आ ਮਜੀਠੀਆ ਸਾਹਿਬ ਹੋ ਗਿਆ ਦੂਜਾ ਸੇਖਵਾ ਜੀ ਨੇ ਅਸਤੀਫਾ ਦਿੱਤਾ ਸੀਗਾ ਜੀ ਇਹ ਪੰਜ ਵਾਰੀ ਹਰਿਆ ਪੰਜ ਵਾਰੀ ਚਾਰ ਵਾਰੀ ਹਰਿਆ ਆ ਜੀ ਜੀ ਮੈਂ ਤੇ ਆਪ ਜੀ ਨੂੰ ਪਹਿਲਾਂ ਕਿਹਾ ਸੀ ਇਹ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਆ ਇਹਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਜਾਵੇ ਤੇ ਉਸੇ ਵੇਲੇ ਹੀ ਇਹ ਸਾਰੇ ਪਾਰਟੀਆਂ ਛੱਡ ਕੇ ਆ ਜਾਏਗਾ ਜੀ ਪਰ ਅਕਾਲੀ ਦਲ ਨੇ ਇਹ ਸੋਚਿਆ ਵੀ ਇਹ ਪੰਜ ਵਾਰ ਚਾਰ ਵਾਰੀ ਹਰਿਆ ਬੰਦਾ ਇਹਨੂੰ ਕਦੀ ਚੇਅਰਮੈਨ ਬਣਾ ਦਿੰਦੇ ਸੀ ਕਦੀ ਬਣਾ ਦਿੰਦੇ ਸੀ ਉਹ ਇੱਕ ਵਾਰੀ ਜਿਮਨੀ ਚੋਣ ਜਿੱਤਿਆ ਹੈ ਸਾਰੀ ਜ਼ਿੰਦਗੀ ਦੇ ਵਿੱਚ ਜੀ ਇਸ ਕਰਕੇ ਮਾਝੇ ਵਾਲਿਆਂ ਨੇ ਜਿੰਨਾ ਚਿਰ ਮਾਝੇ ਦੇ ਵਿੱਚ ਬੈਠੇ ਆ ਇਹਨਾਂ ਨੇ ਸਾਰੇ ਲੋਧੀ ਨੰਗਲੀਏ ਹੋਏ ਆਪਣਾ ਤਿਬੜੀ ਸਾਹਿਬ ਹੋਇਆ ਇਹਨਾਂ ਨੇ ਸਾਰਿਆਂ ਨੇ ਰਲ ਕੇ ਸਵਾਗਤ ਕੀਤਾ ਆ ਇਹਨੂੰ ਪਾਰਟੀ ਚੋਂ ਬਾਹਰ ਕੱਢਣ ਦਾ ਜੀ ਇੱਕ ਗੱਲ ਹੋਰ ਸੋਚ ਲਓ ਕਿ ਸੇਠੀ ਜਿਹੜਾ ਆਪਣਾ ਮੈਂਬਰ ਸ਼੍ਰੋਮਣੀ ਕਮੇਟੀ ਹੋਠੀਆਂ ਹਾਂਜੀ ਢੇਸੀ 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 ਉਹਨੇ ਵੇਖੋ ਹੁਣ ਉਹਨੂੰ ਹੁਣ ਚੇਤਾ ਆਇਆ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਦਵੀ ਹੋਈ ਹੈ ਬਰਗਾੜੀ ਕਾਰਡ ਦੇ ਵਿੱਚ ਆਰ ਕੇ ਆਈ ਰੋਸ ਵੱਲੋਂ ਇਹ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ। ਤੀਜਾ ਸਵਾਲ ਇਹ ਆ ਕਿ ਬ੍ਰਹਮਪੁਰਾ ਜੀ ਨੇ ਕੱਲ ਬੜਾ ਸ਼ਕਤੀ ਪ੍ਰਦਰਸ਼ਨ ਕੀਤਾ ਆ ਮੈਂ ਬ੍ਰਹਮਪੁਰਾ ਜੀ ਨੂੰ ਪੁੱਛਦਾ ਆ ਜਦੋਂ ਉਹਨੂੰ ਤਿੰਨ ਵਾਰੀ ਐਮ ਪੀ ਬਣਾਇਆ ਆ ਤੇ ਉਹਦੇ ਮੁੰਡੇ ਨੂੰ ਐਮ ਐਲ ਏ ਬਣਾਇਆ ਗਿਆ ਉਦੋਂ ਦੇ ਇਹਨੇ 2015 ਤੋਂ ਲੈ ਕੇ ਅੱਜ ਤੱਕ ਕਦੀ ਇਹੋ ਜਿਹੀ ਗੱਲ ਨਹੀਂ ਕੀਤੀ ਵੀ ਅਸੀਂ ਮਾਝੇ ਦੇ ਲੋਕ ਇਸ ਦੀ ਨਿੰਦਿਆ ਕਰਦੇ ਹਾਂ ਜਿਹੜੀ ਗੋਲੀ ਚੱਲੀ ਜਾਂ ਜਿਹੜੀ ਮਹਾਰਾਜ ਦੀ ਤਾਬਿਆ ਇਸ ਤਰ੍ਹਾਂ ਦੀਆਂ ਹੋਈਆਂ ਘਟਨਾ ਜਿਹੜੀਆਂ ਨੇ ਵਾਪਰੀਆਂ ਨੇ ਉਹਦੇ ਉੱਤੇ ਅਸੀਂ ਅਫਸੋਸ ਕਰਦੇ ਹਾਂ ਜੀ ਪਰ ਨਹੀਂ ਕਿਤੇ ਨਾ ਕਿਤੇ 19 ਜਿਹੜੀ ਆਉਣ ਵਾਲੀ ਨਾ 19 ਇਹਦੇ ਵਿੱਚ ਜਿਹੜਾ ਇਹਨਾਂ ਨੇ ਬੰਬ ਛੱਡਿਆ ਆ ਨਾ ਜਥੇਦਾਰ ਜੀ ਰੱਖਦਾ ਆ। ਸੇਖਵਾ ਸਾਹਿਬ ਤਾਂ ਇਹ ਵੀ ਕਹਿ ਰਹੇ ਆ ਕਿ ਮੈਨੂੰ ਦੋ ਜਿਹੜਾ ਚਾਰ ਵਾਰੀ ਟੋਟਲ 6 ਵਾਰੀ ਇਲੈਕਸ਼ਨ ਲੜਿਆ ਔਰ 4 ਵਾਰੀ ਮੈਨੂੰ ਸੁਖਬੀਰ ਨੇ ਤੇ ਮਜੀਠੀਆ ਨੇ ਖੁਦ ਹਰਾਇਆ ਇੱਕ ਨਿੱਜੀ ਚੈਨਲ ਤੇ ਗੱਲਬਾਤ ਕਰ ਰਹੇ ਸੀ। ਵੇਖੋ ਜੀ ਇਹ ਕਹਿਣ ਨੂੰ ਹੋਰ ਗੱਲ ਕਹਿੰਦਾ ਆ ਨਿੱਜੀ ਹਰਾਇਆ ਆ ਉਦੋਂ ਤੇ ਸੁਖਬੀਰ ਹੈ ਹੀ ਨਹੀਂ ਜਦੋਂ ਇਹ ਇਲੈਕਸ਼ਨ ਲੜਿਆ ਉਦੋਂ ਵੀ ਹਰਿਆ ਜੀ ਪ੍ਰਤਾਪ ਬਾਜਵੇ ਦੀ ਘਰ ਦੀ ਕੋ ਹਰਿਆ ਚਰਨਜੀਤ ਕੋਲੋਂ ਇੱਕ ਵਾਰੀ ਪ੍ਰਤਾਪ ਬਾਜਵੇ ਕੋ ਹਰਿਆ ਸਤਨਾਮ ਸਿੰਘ ਬਾਜਵਾ ਹੁੰਦਾ ਸੀਗਾ ਇਹਦਾ ਫਾਦਰ ਇੱਕ ਵਾਰੀ ਜਿੱਤਿਆ ਆ ਇਹ 6 ਵਾਰੀ ਇਲੈਕਸ਼ਨ ਲੜ ਚੁੱਕਾ 6 ਵਾਰੀਆਂ ਦੇ ਇੱਕ ਵਾਰੀ ਜਿੱਤਿਆ ਇੱਕ ਵਾਰ ਜਿਮਨੀ ਚੋਣ ਜਿੱਤਿਆ ਜੀ ਟੋਟਲ 2 ਵਾਰੀ ਜਿੱਤ ਪ੍ਰਾਪਤ ਕੀਤੀ ਆ 2 ਵਾਰੀ
ਜਿੰਨੀ ਚੋਣ ਆ ਜਿੰਨੀ ਚੋਣ ਜਿੱਤੀ ਨਾ ਜੀ ਉਹ ਸਾਰੀਆਂ ਪਾਰਟੀਆਂ ਨੇ ਆਣ ਕੇ ਜਿਤਾਈ। ਇਹਨਾਂ ਨੇ ਹੁਣ ਕੀ ਕੀਤਾ ਆ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਉਣੀਆਂ ਸੀ ਗੀਆਂ 2013 ਚ ਜੀ ਆ 13 ਨੂੰ ਮਤਲਬ ਇਹਨਾਂ ਦੀ ਉਹ ਆ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਦੀ ਚੋਣ ਹੈ ਬਿਲਕੁਲ ਉਹਦੇ ਵਿੱਚ ਇਹਨੇ ਦੱਸਿਆ ਵੀ ਮੈਨੂੰ ਪ੍ਰਧਾਨ ਬਣਾ ਦਿੱਤਾ ਜਾਵੇ ਜੀ ਪਰ ਪਾਰਟੀ ਵੀ ਇਹ ਨਗਰੂਨੀ ਗੱਲਾਂ ਹੁੰਦੀਆਂ ਨੇ ਪਾਰਟੀ ਨੇ ਨਹੀਂ ਬਣਾਇਆ ਉਹਦੇ ਕੋਲ ਅਸਤੀਫਾ ਲੈ ਦਿੱਤਾ ਉਹਨੇ ਬ੍ਰਹਮਪੁਰੇ ਦੇ ਆਖੇ ਲਾ ਕੇ ਜੀ ਹੁਣ ਹੋ ਸਕਦਾ ਕਿਤੇ ਬ੍ਰਹਮਪੁਰੇ ਨੂੰ ਵੀ ਪਾਰਟੀ ਅਗਲਾ ਰਾਹ ਵਿਖਾ ਲੇ ਪਰ ਇਹਨਾਂ ਨੇ ਨਵੀਂ ਪਾਰਟੀ ਬਣਾ ਲੈਣੀ ਹੈ ਮੈਂ ਤੇ ਸੋਚਦਾ ਵੀ ਇਹਨਾਂ ਨੇ ਅਕਾਲੀ ਦਲ ਜਿਵੇਂ ਆਮ ਪਾਰਟੀ ਖਿਲਰੀ ਹੈ ਨਾ ਜੀ ਇਸ ਤਰ੍ਹਾਂ ਇਹਨਾਂ ਨੇ ਵੀ ਖਿਲਰ ਕੇ ਪਾਰਟੀ ਹੋਰ ਇੱਕ ਬਣਾਉਣਗੇ ਪਰ ਜਥੇਦਾਰ ਜੀ ਇੱਥੇ ਪ੍ਰਸ਼ਨ ਇਹ ਵੀ ਹੈ ਨਾ ਵੀ ਪਾਰਟੀ ਬਣਾਉਣ ਨੂੰ ਬਣਾ ਲੈਣ ਇਹਨਾਂ ਦਾ ਅਧਿਕਾਰ ਆ ਬਣਾ ਸਕਦੇ ਆ ਪਰ ਸ਼੍ਰੋਮਣੀ ਅਕਾਲੀ ਦਲ ਦਾ 2019 ਤੋਂ ਪਹਿਲਾਂ ਇਹ ਹਾਲ ਹੋਣਾ ਕਿ 2019 ਵਿੱਚ ਮਤਲਬ ਕੁਛ ਨਾ ਕੁਛ ਪ੍ਰਾਪਤ ਕਰ ਸਕਣਗੇ ਜਾਂ ਇਸੇ ਹਾਲਾਤ ਦੇ ਨਾਲ ਹੀ ਜੂਝਦੇ ਰਹਿਣਗੇ ਵੇਖੋ ਜੀ 2019 ਦੀਆਂ ਜਿਹੜੀਆਂ ਗੱਲਾਂ ਨੇ ਨਾ ਇਹਨਾਂ ਨੂੰ ਮੇਰੇ ਹਿਸਾਬ ਨਾਲ ਠੀਕ ਇੱਕ ਵੀ ਨਹੀਂ ਕਾਂਗਰਸ ਨੇ ਲੈ ਜਾਣੀਆਂ ਕੋਈ ਇੱਕ ਦਾ ਜਾ ਕੇ ਜੂਗਾ ਜੀ ਇਹਨਾਂ ਨੂੰ ਸੀਟ ਨਾ ਮਿਲੀ 2000 ਜਿੱਦਾਂ ਦਾ ਇਹਨਾਂ ਦਾ ਪ੍ਰੋਜੈਕਸ਼ਨ ਹੈ ਜਿੰਨਾ ਦਾ ਇਹਨਾਂ ਦਾ ਵਿਹਾਰ ਹੈ ਗੁਰੂ ਮਾਝੇ ਦੇ ਵਿੱਚ ਵੇਖੋ ਜੀ ਇੰਨੀ ਕੁ ਵਿਰੋਧ ਆਇਆ ਜੀ ਇਹ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਨੇ ਇਨਸਾਫ਼ ਨਹੀਂ ਦਿੱਤਾ ਬਿਲਕੁਲ ਅਕਾਲੀ ਦਲ ਨੇ ਪਰ ਬ੍ਰਹਮਪੁਰਾ ਜੀ ਇਹ ਕਹਿ ਰਹੇ ਨੇ ਕਿ ਮੇਰੀ ਰਾਤ ਨੂੰ ਜਿਹੜੀ ਨੀਂਦ ਸੀ ਉਹ ਹਰਾਮ ਰਹਿੰਦੀ ਸੀ ਮੈਨੂੰ ਨੀਂਦ ਨਹੀਂ ਆਉਂਦੀ ਸੀ ਆਹੋ ਇਹਦੀ ਨੀਂਦ ਆਪੇ ਹਰਾਮ ਰਹਿਣੀ ਹੈ ਬਜ਼ੁਰਗ ਆਦਮੀ ਹੈ ਨੀਂਦ ਨਹੀਂ ਹਰਾਮ ਰਹਿੰਦੀ ਇਹਨੂੰ ਇਹ ਸੀ ਵੀ ਮੇਰੇ ਮੁੰਡੇ ਨੂੰ ਟਿਕਟ ਮਿਲ ਜੇ ਤਾਂ ਇਹ ਬੋਲਦਾ ਨਹੀਂ ਸੀ ਜੀ ਤੇ ਹੁਣ ਇਹ ਮੁੰਡੇ ਨੂੰ MLA ਬਣਾ ਦਿੱਤਾ ਤੇ ਬੋਲਣ ਲੱਗ ਪਿਆ ਉਸ ਤੋਂ ਬਾਅਦ ਹੁਣ ਅੱਗੋਂ ਟਿਕਟ ਨਹੀਂ ਮਿਲਣੀ ਇਹ ਪਹਿਲਾਂ ਲੱਗ ਪਿਆ ਰੌਲਾ ਪਾਉਣ ਸੋ ਬਹੁਤ ਬਹੁਤ ਮਿਹਰਬਾਨੀ ਜਥੇਦਾਰ ਜੀ ਤੁਸੀਂ ਗੱਲਬਾਤ ਕੀਤੀ ਹੈ ਬਹੁਤ ਬਹੁਤ ਮਿਹਰਬਾਨੀ ਔਰ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਜਥੇਦਾਰ ਬਖਸ਼ੀਸ਼ ਸਿੰਘ ਕਾਦੀਆਂ ਮੇਰੇ ਨਾਲ ਜੁੜੇ ਸਨ ਉਹ ਇਹ ਵੀ ਕਹਿ ਰਹੇ ਨੇ ਕਿ ਜੇਕਰ ਇਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਤਾਂ ਸ਼ਾਇਦ ਇਹ ਮਤਲਬ ਅਸਤੀਫਾ ਨਾ ਦਿੰਦੇ ਵਗੈਰਾ ਵਗੈਰਾ ਜੋ ਇੱਕ ਦੂਜੇ ਦੇ ਉੱਪਰ ਹੁੰਦਾ ਹੀ ਹੈ ਪਰ ਦੇਖਣਾ ਹੁਣ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗਿਰ ਚੁੱਕਿਆ ਗ੍ਰਾਫ ਹੈ ਉਹ ਅਪ ਕਿਵੇਂ ਆਏਗਾ ਇਹ ਸੀ ਹੁਣ ਤੱਕ ਦੀ ਅਪਡੇਟ ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ ਤੁਸੀਂ ਜੁੜੇ ਰਹੋ ਏਵਨ ਪੰਜਾਬੀ TV ਦੇ ਨਾਲ ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ